ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਇੱਕ ਵਾਰ ਫੇਰ ਤੋਂ ਮੁੱਠਭੇੜ ਹੋਈ ਹੈ ਤੇ ਪੁਲਿਸ ਦੇ ਵੱਲੋਂ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੈਟਰੋਲ ਪੰਪ ਦੇ ਉੱਤੇ ਇਹਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਲੁੱਟ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਤਿੰਨ ਬਦਮਾਸ਼ਾਂ ਦੇ ਵੱਲੋਂ ਪੈਟਰੋਲ ਪੰਪ ਦੇ ਉੱਤੇ ਲੁੱਟ ਕੀਤੀ ਗਈ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ। ਪਰ ਜਦੋਂ ਪੁਲਿਸ ਨੂੰ ਇਹਨਾਂ ਦੀ ਸੂਹ ਮਿਲੀ ਤਾਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ ਗਈ। ਤਾਂ ਜਵਾਬੀ ਫਾਇਰਿੰਗ ਦੇ ਵਿੱਚ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਵਾਰ ਫੇਰ ਤੋਂ ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਮੁੱਠਭੇੜ ਹੋਈ ਹੈ। ਦੋ ਪੈਟਰੋਲ ਪੰਪਾਂ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਰਿਲਾਇੰਸ ਦੇ ਪੈਟਰੋਲ ਪੰਪ 'ਤੇ 50,000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਫਿਰ ਬੀਤੀ ਰਾਤ ਨੂੰ ਦਸੂਆ ਦੇ ਵਿੱਚ ਇੱਕ ਹੋਰ ਪੈਟਰੋਲ ਪੰਪ 'ਤੇ 16,000 ਰੁਪਏ ਦੀ ਇੱਕ ਗ੍ਰਾਹਕ ਤੋਂ ਲੁੱਟ ਕੀਤੀ ਗਈ ਸੀ, ਜੋ ਤੇਲ ਪਾਉਣ ਦੇ ਲਈ ਉੱਥੇ ਆਇਆ ਸੀ। ਪਰ ਜਾਂਦੇ ਸਮੇਂ ਇਹਨਾਂ ਦੇ ਵੱਲੋਂ ਦਹਿਸ਼ਤ ਪਾਉਣ ਦੇ ਲਈ ਜੋ ਪੈਟਰੋਲ ਪੰਪ ਦਾ ਮਾਲਿਕ ਸੀ ਉਸਦੀ ਗੱਡੀ ਦੇ ਉੱਪਰ ਹੀ ਕਈ ਫਾਇਰ ਕਰ ਦਿੱਤੇ। ਤਾਂ ਦੱਸ ਦਈਏ ਕਿ ਹੁਣ ਹੁਸ਼ਿਆਰਪੁਰ ਦੇ ਵਿੱਚ ਇਹ ਮੁੱਠਭੇੜ ਹੋਈ ਹੈ ਜਿੱਥੇ ਕਿ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਜੋ ਲੁੱਟ ਦੀ ਵਾਰਦਾਤ ਕੀਤੀ ਗਈ ਸੀ ਉਹ ਤਿੰਨ ਬਦਮਾਸ਼ਾਂ ਦੇ ਵੱਲੋਂ ਕੀਤੀ ਗਈ ਸੀ, ਪਰ ਹਾਲੇ ਇੱਕ ਬਦਮਾਸ਼ ਇਹਨਾਂ ਦੇ ਵਿੱਚੋਂ ਫਰਾਰ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਜੋ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਰਿਲਾਇੰਸ ਦੇ ਪੈਟਰੋਲ ਪੰਪ 'ਤੇ 50,000 ਰੁਪਏ ਦੀ ਲੁੱਟ ਅਤੇ ਉਸ ਤੋਂ ਇਲਾਵਾ ਇੱਕ ਹੋਰ ਪੈਟਰੋਲ ਪੰਪ 'ਤੇ ਜੋ ਦਸੂਏ ਦੇ ਵਿੱਚ ਸੀ ਉੱਥੇ ਜੋ ਪੈਟਰੋਲ ਪਾਉਣ ਦੇ ਲਈ ਇੱਕ ਵਿਅਕਤੀ ਆਇਆ ਹੋਇਆ ਸੀ ਬਾਈਕ 'ਤੇ, ਉਸਦੇ ਕੋਲੋਂ ਗਨ ਪੁਆਇੰਟ 'ਤੇ 16,000 ਰੁਪਏ ਲੁੱਟ ਲਏ ਸੀ। ਅਤੇ ਜਾਂਦੇ ਜਾਂਦੇ ਜੋ ਪੈਟਰੋਲ ਪੰਪ ਦਾ ਮਾਲਿਕ ਸੀ ਉਸਦੀ ਗੱਡੀ 'ਤੇ ਕਈ ਫਾਇਰ ਕੀਤੇ ਗਏ ਸੀ। ਦੱਸ ਦਈਏ ਕਿ ਜੋ ਇਹ ਬਦਮਾਸ਼ ਨੇ ਉਹਨਾਂ ਦੀ ਪਹਿਚਾਣ ਆਕਾਸ਼ ਅਤੇ ਮੋਹਨ ਵਜੋਂ ਹੋਈ ਹੈ, ਜਦਕਿ ਇਹਨਾਂ ਦਾ ਇੱਕ ਸਾਥੀ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ। ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਆਮੋ ਸਾਹਮਣੇ ਹੋਏ ਨੇ ਅਤੇ ਜਿਸ ਦੇ ਵਿੱਚ ਦੋ ਬਦਮਾਸ਼ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਨੇ, ਉਹਨਾਂ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ, ਪਰ ਕਿਹਾ ਜਾ ਰਿਹਾ ਕਿ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ। ਤਾਂ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਇਹਨਾਂ ਦੇ ਪੈਰ ਦੇ ਵਿੱਚ ਗੋਲੀ ਲੱਗੀ ਅਤੇ ਇਹਨਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।